एक भयानक सड़क हादसे दी तस्वीरां तुहानू दिखा रहे हां। किस ढंग दे नाल हादसा वापरिया है तुसीं देख सकते हो। एक ट्रक दे वल्लों कई गड्डियां नू टक्कर मारी गई है, जिस तों बाद एक ट्राला फ्लाईओवर तों हेठां डिग पिया ते हेठां एक कार जा रही सी उस नू भी दरड़ दित्ता है। एक तों बाद एक गड्डियां नू टक्कर मारी है, बेहद भयानक हादसा होया है ते हादसे तों बाद कई गड्डियां नू अग भी लग गई है। तस्वीरां तुसीं देख रहे हो किस ढंग दे नाल इह भयानक हादसा वापरिया है। सीसीटीवी दे विच ਇਹ ਤਸਵੀਰਾਂ ਕੈਦ ਹੋਈਆਂ ਨੇ ਭਿਆਨਕ ਹਾਦਸੇ ਦੀਆਂ। ਚਾਰ ਲੋਕਾਂ ਦੀ ਮੌਤ ਹੋ ਗਈ ਹੈ ਇਸ ਭਿਆਨਕ ਹਾਦਸੇ ਦੇ ਵਿੱਚ, 8 ਲੋਕ ਜ਼ਖਮੀ ਹੋਏ ਨੇ। ਤਾਂ ਕਿੰਨਾ ਭਿਆਨਕ ਹਾਦਸਾ ਹੋਇਆ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਆਪਣੀ ਰਫ਼ਤਾਰ ਦੇ ਵਿੱਚ ਗੱਡੀਆਂ ਜਾ ਰਹੀਆਂ ਸੀ, ਇੱਕ ਤੋਂ ਬਾਅਦ ਇੱਕ ਪਿੱਛੋਂ ਇੱਕ ਟਰੱਕ ਆਉਂਦਾ ਹੈ ਅਤੇ ਜਿਹੜਾ ਕਈ ਗੱਡੀਆਂ ਨੂੰ ਟੱਕਰ ਮਾਰ ਦਿੰਦਾ ਹੈ। ਇੱਥੋਂ ਤੱਕ ਕਿ ਇੱਕ ਟਰਾਲਾ ਤਾਂ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਅਤੇ ਹੇਠਾਂ ਜਿਹੜੀ ਗੱਡੀ ਜਾ ਰਹੀ ਸੀ ਉਸ ਦੇ ਉੱਤੇ ਇਹ ਟਰਾਲਾ ਪਲਟ ਜਾਂਦਾ ਹੈ ਅਤੇ ਕਾਰ ਸਵਾਰਾਂ ਦੀ ਵੀ ਮੌਤ ਹੋ ਗਈ ਹੈ। ਅਤੇ ਇਸ ਹਾਦਸੇ ਦੇ ਵਿੱਚ ਕੁੱਲ 4 ਮੌਤਾਂ ਹੋਈਆਂ ਨੇ, 8 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਭਿਆਨਕ ਸੜਕ ਹਾਦਸਾ ਵਾਪਰਿਆ। ਤਸਵੀਰਾਂ ਤੁਹਾਨੂੰ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੀਆਂ ਦਿਖਾ ਰਹੇ ਹਾਂ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਹੈ, 8 ਲੋਕ ਜ਼ਖਮੀ ਹੋ ਗਏ ਨੇ। ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਹੈ। ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਪਿੱਛੋਂ ਆ ਰਹੇ ਇੱਕ ਟਰੱਕ ਨੇ ਇਹਨਾਂ ਗੱਡੀਆਂ ਨੂੰ ਟੱਕਰ ਮਾਰੀ ਹੈ ਅਤੇ ਇੱਕ ਟਰੱਕ ਜੋ ਟਰਾਲਾ ਹੈ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਅਤੇ ਹੇਠਾਂ ਵੀ ਇੱਕ ਗੱਡੀ ਜਾ ਰਹੀ ਸੀ ਜਿਸ 'ਤੇ ਇਹ ਪਲਟ ਜਾਂਦਾ ਹੈ। ਤਾਂ ਤਸਵੀਰਾਂ ਜਿਹੜੀਆਂ ਨੇ ਉਹ ਕੈਦ ਹੋਈਆਂ ਨੇ ਅਤੇ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ। ਇੱਕ ਗੱਡੀ ਜਿਹੜੀ ਹੈ ਪਿੱਛੇ ਆ ਰਹੀ ਸੀ, ਟਰੱਕ ਉਹ ਬੇਕਾਬੂ ਹੋ ਗਿਆ, ਅੱਗੇ ਜਾ ਰਹੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਤੋਂ ਬਾਅਦ ਕਈ ਗੱਡੀਆਂ ਬੈਲੈਂਸ ਜਿਹੜਾ ਹੈ ਉਹ ਗਵਾ ਚੁੱਕੀਆਂ ਨੇ, ਜਿਸ ਤੋਂ ਬਾਅਦ ਇੱਕ ਜਿਹੜਾ ਟਰਾਲਾ ਉਹ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਇਹੀ ਨਹੀਂ, ਜਦੋਂ ਨੀਚੇ ਇਹ ਟਰਾਲਾ ਡਿੱਗਦਾ ਹੈ ਤਾਂ ਹੇਠਾਂ ਇੱਕ ਕਾਰ ਜਾ ਰਹੀ ਸੀ ਜਿਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਹੈ ਅਤੇ ਇਸ ਹਾਦਸੇ ਤੋਂ ਬਾਅਦ ਕਈ ਗੱਡੀਆਂ ਨੂੰ ਅੱਗ ਵੀ ਲੱਗ ਗਈ। ਦੱਸ ਦਈਏ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਦੂਜੇ ਪਾਸੇ ਜ਼ਖਮੀਆਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਇੱਕ ਤੋਂ ਬਾਅਦ ਇੱਕ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਿਆਨਕ ਹਾਦਸੇ ਦੀਆਂ। ਇਹ ਤਸਵੀਰਾਂ ਨੇ ਇੱਕ ਟਰੱਕ ਨੇ ਹੀ ਕਿਵੇਂ ਇਹ ਹਾਦਸਾ ਕੀਤਾ, ਕਿਉਂਕਿ ਪਿੱਛੋਂ ਆ ਰਿਹਾ ਸੀ ਇੱਕ ਟਰੱਕ ਜਿਸ ਨੇ ਕਈ ਗੱਡੀਆਂ ਨੂੰ ਟੱਕਰ ਮਾਰੀ, ਅੱਗੇ ਟਰਾਲਾ ਜਾ ਰਿਹਾ ਸੀ ਉਹ ਵੀ ਹੇਠਾਂ ਡਿੱਗ ਪਿਆ ਬੇਕਾਬੂ ਹੋ ਕੇ, ਅਤੇ ਜਿਹੜੇ ਟਰੱਕ ਨੇ ਟੱਕਰ ਮਾਰੀ ਸੀ ਉਸ ਨੂੰ ਵੀ ਅੱਗ ਲੱਗ ਗਈ ਹੈ। ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਨੇ, ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਹਾਦਸੇ ਤੋਂ ਬਾਅਦ ਗੱਡੀਆਂ ਨੂੰ ਅੱਗ ਲੱਗੀ ਹੈ। ਇੱਕ ਟਰਾਲਾ ਜਿਹੜਾ ਹੈ ਉਹ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਹੈ, ਜਿਸ ਟਰੱਕ ਨੇ ਟੱਕਰ ਮਾਰੀ ਸੀ ਉਸ ਨੂੰ ਵੀ ਅੱਗ ਲੱਗੀ ਹੈ, ਅਤੇ ਵਿਚਕਾਰ ਜਿਹੜੀ ਇੱਕ ਗੱਡੀ ਜਾ ਰਹੀ ਸੀ ਉਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। 4 ਲੋਕਾਂ ਦੀ ਮੌਤ ਹੋਈ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਸ ਢੰਗ ਦੇ ਨਾਲ ਇਹ ਹਾਦਸਾ ਹੋਇਆ, ਕਿਵੇਂ ਫਿਰ ਉਸ ਤੋਂ ਬਾਅਦ ਟ੍ਰੈਫਿਕ ਜੈਮ ਲੱਗ ਗਿਆ, ਕਿਵੇਂ ਕਈ ਗੱਡੀਆਂ ਅੱਗ ਦੀ ਭੇਟ ਚੜ ਗਈਆਂ। ਭਿਆਨਕ ਸੜਕ ਹਾਦਸੇ ਦੇ ਵਿੱਚ 4 ਮੌਤਾਂ, ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਟਰਾਲਾ ਅਤੇ ਕਈ ਗੱਡੀਆਂ ਨੂੰ ਟੱਕਰ ਮਾਰੀ ਹੈ, ਟਰਾਲਾ ਹੇਠਾਂ ਜਾ ਰਹੀ ਕਾਰ 'ਤੇ ਪਲਟ ਗਿਆ। 4 ਮੌਤਾਂ ਹੋਈਆਂ ਨੇ, 8 ਜ਼ਖਮੀ ਹੋਏ ਨੇ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਵਾਰ ਨਹੀਂ ਚੱਲ ਨਿਕਾ।
ਤੋਪੂ ಜೊತೆ ಏನಾದರೂ ಸಂಬಂಧ ಆಗಿದೆ ಅಯ್ಯ ಅಯ್ಯ